सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। इस वेले दी वड्डी खबर खन्ना दी अनाज मंडी च वड्डे स्कैंडल दा पर्दाफाश होया है। एशिया दी सब तो वड्डी मंडी दे नाम दे नाल जानी जांदी खन्ना मंडी च संबंधित विभाग दे वल्लों रेड कीती गई है। दस्सदे हैं कि रेड दे दौरान बिहार ते यूपी तो झोना लिया के पंजाब दीआं मंडियां च वेचे जाण दे वड्डे स्कैंडल दा पर्दाफाश होया है। इस मौके विभाग वल्लों 3,399 झोने दीआं बोरियां बरामद कीतीआं गईआं ने। दस्सदे हैं कि झोने दीआं बोरियां बिहार ते यूपी तो सस्ते रेटां ते लिया के मंडी विच महंगीआं कीमतां ते वेचीआं जांदीआं सन। जानकारी दिंदिआं विभाग दे चेयरमैन राजेश सिंगला ने दस्सिआ कि विभाग दे मंत्री भारत भूषण आशू दे कोल लगातार अजिहीआं शिकायतां पहुंच रहीआं सन ते उन्हां दे आदेशां ते ही इह रेड कीती गई है। ਸਾਡੇ ਮਾਨਯੋਗ ਰਾਖਵਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਬਹੁਤ ਸ਼ਿਕਾਇਤਾਂ ਮਿਲਦੀਆਂ ਸੀਗੀਆਂ। ਪ੍ਰੈਸ 'ਚ ਤੁਸੀਂ ਪੜ੍ਹਿਆ ਹੋਣਾ ਬਾਹਰਲੇ ਰਾਜਾਂ ਤੋਂ ਜਿਹੜਾ ਝੋਨਾ ਸਸਤੇ ਭਾਅ 'ਤੇ ਲਿਆ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੇਚਿਆ ਜਾ ਰਿਹਾ ਅਤੇ ਧੋਖਾਧੜੀ ਕਰਕੇ ਮੁਨਾਫਾ ਕਮਾਇਆ ਜਾ ਰਿਹਾ। ਉਹਦੇ ਤਹਿਤ ਅੱਜ ਮੰਤਰੀ ਜੀ ਨੇ ਸ਼ਿਕਾਇਤ ਕੀਤੀ ਸੀ ਵੀ ਖੰਨਾ ਦੇ ਵਿੱਚ ਗੋਦਾਮ ਹੈ, ਉੱਥੇ ਬੰਦਾ ਵਪਾਰ ਕਰ ਰਿਹਾ, ਬਾਹਰੋਂ ਝੋਨਾ ਲਿਆ ਕੇ ਝੋਨਿਆਂ ਗੋਦਾਮ ਸਟੋਰ ਕਰਕੇ ਉਹਨੂੰ ਟਰਾਲੀਆਂ ਰਾਹੀਂ ਅੰਦਰ ਬੋਰੀਆਂ 'ਚੋਂ ਝੋਨਾ ਕੱਢ ਕੇ ਟਰਾਲੀਆਂ 'ਚ ਪਾ ਕੇ ਮੰਡੀਆਂ 'ਚ ਵੇਚ ਰਿਹਾ। ਉਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਗੋਦਾਮ ਚੈੱਕ ਕੀਤਾ। ਮੌਕੇ 'ਤੇ ਸਾਨੂੰ ਗੋਦਾਮ ਦੱਸਿਆ ਵੀ ਇਹ ਕਿਸੇ ਰੋਹਿਤ ਜੈਨ ਨਾਂ ਦੇ ਬੰਦੇ ਨੇ ਕਿਰਾਏ 'ਤੇ ਲਿਆ ਹੋਇਆ। ਜਦੋਂ ਗੋਦਾਮ ਨੂੰ ਖੁਲਾ ਕੇ ਦੇਖਿਆ ਗਿਆ ਅਤੇ ਗੋਦਾਮ ਦੇ ਵਿੱਚ ਲਗਭਗ ਇਸ ਟਾਈਮ 3,399 ਬੋਰੀਆਂ ਝੋਨੇ ਦੀਆਂ ਭਰੀਆਂ ਹੋਈਆਂ ਪਈਆਂ ਅਤੇ ਝੋਨਾ ਜਿੱਦਾਂ ਖਿਲ ਰਿਹਾ ਪਿਆ ਅਤੇ ਹੋਰ ਚੱਕਿਆਂ ਦੇ ਨਿਸ਼ਾਨ ਉੱਥੋਂ ਸਾਫ਼ ਜ਼ਾਹਰ ਹੁੰਦਾ ਵੀ ਘੱਟੋ ਘੱਟ 10,000 ਬੋਰੀ ਦਾ ਇਹ ਬੰਦਾ ਇੱਥੋਂ ਲਿਆ ਕੇ ਵਪਾਰ ਕਰ ਚੁੱਕਾ ਹੈ। ਇਸ ਤੋਂ ਇਲਾਵਾ 2600 ਬੋਰੀ ਖਾਲੀ ਵੀ ਪਈ ਹੈ, ਇਹਦਾ ਮਤਲਬ ਵੀ ਖਾਲੀ ਬੋਰ ਝੋਨਾ ਖਾਲੀ ਕਰਕੇ ਖਾਲੀ ਬੋਰੀਆਂ ਇੱਥੇ ਪਈਆਂ ਰਹਿ ਗਈਆਂ। ਇੱਥੇ ਕੰਡਾ ਵੀ ਪਿਆ, ਇੱਕ ਪੱਖਾ ਵੀ ਪਿਆ। ਇਹ ਕਰਦੇ ਕੀ ਹੈ, ਝੋਨਾ ਲਿਆ ਕੇ ਬਾਹਰੋਂ ਜਿਵੇਂ ਯੂਪੀ ਜਾਂ ਬਿਹਾਰ ਤੋਂ 1200-1300 ਰੁਪਏ ਦਾ ਝੋਨਾ ਮਿਲ ਜਾਂਦਾ, ਪੰਜਾਬ ਦੀਆਂ ਮੰਡੀਆਂ ਦੇ ਵਿੱਚ 1800-1880 ਰੁਪਏ ਨੂੰ MSP ਰੇਟ 'ਤੇ ਵੇਚ ਦਿੰਦੇ ਆ, 500-600 ਰੁਪਇਆ ਪ੍ਰਤੀ ਕੁਇੰਟਲ ਦਾ ਮੁਨਾਫਾ ਕਮਾ ਰਹੇ ਆ। ਇਹਦੇ ਨਾਲ ਸਰਕਾਰ ਦੇ ਵਿੱਚ CCL ਵੱਧ ਲੈਣੀ ਪੈਂਦੀ ਆ, ਸਾਰੇ ਪ੍ਰਬੰਧ ਵੱਧ ਕਰਨੇ ਪੈਂਦੇ ਆ, ਸਰਕਾਰ ਨੂੰ ਬਹੁਤ ਜ਼ਿਆਦਾ, ਪੰਜਾਬ ਸਰਕਾਰ ਨੂੰ ਵੀ ਨੁਕਸਾਨ ਹੁੰਦਾ। ਇਸ ਤਰ੍ਹਾਂ ਇਹ ਆਪਣੇ ਆੜ੍ਹਤੀਆਂ ਨਾਲ ਰਲ ਕੇ, ਕਈ ਸ਼ੈਲ ਮਾਲਕਾਂ ਨਾਲ ਰਲ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰ ਰਿਹਾ ਹੁੰਦਾ। ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਅੱਜ ਇਹਨੂੰ ਪਕੜਿਆ ਅਤੇ ਇਹਦੇ ਉੱਤੇ ਅਗਲੀ ਕਾਰਵਾਈ ਕਰਨ ਲਈ ਅਸੀਂ ਜਿਹੜੇ SHO ਥਾਣਾ ਸਿਟੀ ਨੰਬਰ 1 ਨੇ ਉਹਨਾਂ ਨੂੰ ਲਿਖ ਕੇ ਦੇ ਰਹੇ ਹਾਂ ਇਹਦੇ ਪਰਚਾ ਕਰਨ ਲਈ ਅਤੇ ਅੱਗੇ ਤਫਤੀਸ਼ ਕਰਨ ਲਈ ਵੀ ਇਸ ਵਪਾਰ ਦੇ ਵਿੱਚ ਇਹਦੇ ਨਾਲ ਕੌਣ ਕੌਣ ਪਿੱਛੋਂ ਰਲਿਆ ਹੋਇਆ ਅਤੇ ਅੱਗੇ ਇਹਨੇ ਕਿਸ ਕਿਸ ਆੜ੍ਹਤੀ ਨੂੰ ਜਾਂ ਕਿਸ ਕਿਸ ਰਾਈਸ ਮਿਲਰ ਨੂੰ ਇਹਨੇ ਇੱਕ ਦਿਨ ਝੋਨਾ ਵੇਚਿਆ ਅਤੇ ਬੁਕਸ ਵੈਲਿੰਗ ਕਰਵਾਈ ਹੈ ਮੰਡੀਆਂ ਦੇ ਵਿੱਚ। ਇੱਕ ਸਰ ਪਿਛਲੇ ਟਾਈਮ ਦੇ ਵਿੱਚ ਯਾਨੀ ਕਿ ਮਾਛੀਵਾੜਾ ਵੀ ਫੜਿਆ ਗਿਆ, ਸਰਹੰਦ ਵੀ ਫੜਿਆ ਗਿਆ ਅਤੇ ਉਸ ਦੇ ਵਿੱਚ ਖੰਨੇ ਦੇ ਆੜ੍ਹਤੀ ਦਾ ਨਾਮ ਸੀਗਾ ਜੀ, ਉਸਦੇ ਖਿਲਾਫ਼ ਵੀ ਕਾਰਵਾਈ ਕਰਨ ਦੇ ਕੁਝ ਕੀਤੇ ਜਾਂ ਫੜੇ ਗਏ ਨੇ ਉਹ ਵੀ? ਉਹਦੇ ਵਿੱਚ ਜੀ ਮੈਨੂੰ ਜਿੱਥੇ ਤੱਕ ਮੇਰਾ, ਕਿਉਂਕਿ ਉਹਦੀ ਪੁਲਿਸ ਕਾਰਵਾਈ ਕਰ ਰਹੀ ਹੈ ਪਰ ਜਿੱਥੋਂ ਤੱਕ ਮੇਰੀ ਨੌਲੇਜ ਹੈ ਪੁਲਿਸ ਕਾਫ਼ੀ ਹੱਦ ਤੱਕ ਅੱਗੇ ਡੂੰਘਾਈ 'ਚ ਜਾ ਰਹੀ ਹੈ। ਉਹਨਾਂ ਨੇ ਸਾਰੇ ਆੜ੍ਹਤੀਆਂ ਦਾ ਰਿਕਾਰਡ ਮੰਗਿਆ, ਇਕੱਲੇ ਇਕੱਲੇ ਫਾਰਮਰ ਦਾ ਰਿਕਾਰਡ ਮੰਗਿਆ ਵੀ ਜਿਹੜੇ ਆੜ੍ਹਤੀਆਂ ਨੇ ਰਿਕਾਰਡ ਫਾਰਮਰ ਦੇ ਨਾਂ 'ਤੇ ਜ਼ਮੀਨ ਦਿਖਾਈ ਹੈ ਕਿ ਉਹਦੇ ਕੋਲ ਉਹਨਾਂ ਝੋਨਾ ਵੀ ਹੈ ਜਿੰਨੀ ਉਹਨੇ ਆਪਣੀ ਫਸਲ ਮੰਡੀ ਵਿੱਚ ਛੁੱਟੀ ਦਿਖਾਈ ਹੈ। ਉਹਦੀ ਪੁਲਿਸ ਕਾਰਵਾਈ ਕਰ ਰਹੀ ਹੈ ਮਾਛੀਵਾੜਾ ਦੇ ਵਿੱਚ, ਜਿੰਨੇ ਵੀ ਬੰਦੇ ਉਹਦੇ ਵਿੱਚ ਇਨਵੋਲਵ ਹੋਣਗੇ ਰਿਕਾਰਡ ਉਹ ਆਲਰੇਡੀ ਉਹਨਾਂ ਨੇ ਲੈ ਲਿਆ ਸਾਰਿਆਂ ਆੜ੍ਹਤੀਆਂ ਦਾ। ਬਾਕੀ ਜਾਣਕਾਰੀ ਤੁਹਾਨੂੰ ਮਾਛੀਵਾੜਾ ਜਿਹੜਾ SHO ਸੰਬੰਧਿਤ ਉਹ ਦੇ ਸਕਦਾ। ਸਰ ਫਿਲਹਾਲ ਕਿੰਨੀਆਂ ਕੁ ਜਿਹੜੀਆਂ ਬੋਰੀਆਂ, ਇਹਦੇ ਅੰਦਰ 3,399 ਬੋਰੀਆਂ ਪਈਆਂ ਜੀ, ਹਰੇਕ 'ਚ ਲਗਭਗ 40 ਕਿਲੋ ਝੋਨਾ ਜੀ।